ਉਹ ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ ਉਹ ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦੇ ਅਮਰਵੀਰ ਸਿੰਘ ਨੇ ਇਹ ਇੱਥੇ ਕਾਂਡਿਆ ਬੈਠਾ ਆਹ ਭਲਾ ਪੁੱਛਣੇ ਇਹਨੂੰ ਮਰ ਜੇ ਵਿਚੋਲਾ ਜਿਹਨੇ ਰੱਖਿਆ ਹੋਲਾ ਕੁੜੀ ਦਾ ਅੜਬ ਸੁਭਾਅ ਤੇ ਮੇਰੇ ਗੱਲ ਦਿੱਤੀ ਪਾ ਤੇ ਮੈਨੂੰ ਲਾਤਾ ਫਾ ਭਰਾ ਮੈਂ ਤੇ ਸੁਣਿਆ ਤੇਰੇ ਕਿਹਨੇ ਗੱਲ ਪਾਤਾ ਫਾ ਉਹ ਤੂੰ ਕਿਹੜੇ ਵੇਲੇ ਆਇਆ ਮੈਂ ਤੇ ਇੱਥੋਂ ਆਉਂਦਾ ਤੈਨੂੰ ਵੇਖਣ ਡਿਆ ਮੈਂ ਕਿਹਾ ਮਨਵੀਰ ਸਿੰਘ ਲੱਗਣ ਡਿਆ ਵਾ ਤੇ ਮੈਂ ਸੋਚਿਆ ਮਿਲੀ ਆਉਣੇ ਆ ਤੇਰੇ ਗੱਲ 'ਚ ਕਿਹਨੇ ਫਾ ਪਾਤਾ ਉਹ ਭਰਾਵਾ ਕੋਈ ਨਾ ਪੁੱਛ ਫਾ ਹੀ ਫਾ ਵਾ ਜ਼ਿੰਦਗੀ 'ਚ ਹੋਰ ਹੈ ਕੀ ਆ ਬੜਾ ਤੰਗ ਲੱਗਣਿਆ ਕੀ ਗੱਲ ਹੋਈ ਆ ਲੋਕੀ ਕਹਿੰਦੇ ਜੀ ਅਸੀਂ ਵਿਆਹ ਕਰਾ ਕੇ ਬੜੇ ਸੌਖੇ ਆ ਬੱਲੇ ਬੱਲੇ ਆ ਉਹ ਸਾਰੀ ਉਮਰ ਲੋਕੀ ਵਿਆਹ ਨੂੰ ਭੱਜੇ ਫਿਰਦੇ ਆ ਆ ਯਾਰ ਮੈਂ ਤੇ ਕਹਿੰਦਾ ਰੱਬਾ ਇਹਨੂੰ ਤਾਂ ਵਿਆਹ ਨਾ ਚੰਗਾ ਹੁੰਦਾ ਮੈਂ ਛੜਾ ਚੰਗਾ ਸੀ ਯਾਰ ਪਰ ਗੱਲ ਹੋਈ ਕੀ ਗੱਲ ਪਰ ਪੂਰੀਆਂ ਮੋਜਾਂ ਕਰੀਦੇ ਜਦੋਂ ਵਿਆਹ ਨਹੀਂ ਕਰਾਈਦਾ ਪਰ ਗੱਲ ਕੀ ਹੋਈ ਗੱਲ ਦੱਸੇਗਾ ਤੇ ਪਤਾ ਲੱਗਦਾ ਗੱਲ ਯਾਰ ਕੀ ਦੱਸਾਂ ਤੈਨੂੰ ਇੱਕ ਗੱਲ ਹੋਈ ਤੇ ਤੈਨੂੰ ਦੱਸਾਂ ਬੜਾ ਯਾਰ ਕੰਮ ਖਰਾਬ ਆ ਕਿਉਂ ਕੀ ਗੱਲ ਉਹ ਭਰਾਵਾ ਵਿਚੋਲਾ ਜਿਹੜਾ ਉਹਨੇ ਉਹਲਾ ਰੱਖ ਲਿਆ ਅੱਛਾ ਕੁੜੀ ਬੜੀ ਅੜਬ ਸੁਭਾਅ ਦੀ ਮੇਰੇ ਗੱਲ ਪਾਤੀ ਉਹ ਤੈਨੂੰ ਕੀ ਲੱਗਦਾ ਵੀ ਕੱਲੀ ਤੇਰੀ ਜਨਾਨੀ ਇਦਾਂ ਕਰਦੀ ਆ ਇਹ ਸਾਰੇ ਜਹਾਨ ਦੀਆਂ ਜਨਾਨੀ ਇਦਾਂ ਕਰਦੀਆਂ ਵਾ ਅੱਛਾ ਇਹ ਪਹਿਲਾਂ ਸਾਡੀ ਜਿਹੜੀ ਸੀ ਨਾ ਜਿਹੜੀ ਮੇਰੇ ਵੱਲ ਆਈ ਸੀ ਹਾਂ ਉਹ ਵੀ ਇਦਾਂ ਹੀ ਕਰਦੀ ਸੀ ਅੱਛਾ ਪਰ ਮੈਂ ਤਰੀਕਾ ਲੱਭ ਲਿਆ ਤੈਨੂੰ ਪਤਾ ਵੀ ਮੈਂ ਤੇ ਸ਼ੁਰੂ ਤੋਂ ਬੜਾ ਸਕੀਮੀ ਰਿਹਾ ਬੰਦਾ ਮੈਂ ਸ਼ੈਤਾਨ ਆ ਮੈਂ ਤਰੀਕਾ ਲੱਭ ਲਿਆ ਹਾਂ ਅਸੀਂ ਕੀ ਕਰੀਦਾ ਵੀ ਸਵੇਰੇ ਉੱਠਦੇ ਦੋ ਲਾਈਦੀਆਂ ਕੰਨਾਂ ਤੇ ਅੱਛਾ ਤੇ ਸ਼ਾਮੀ ਵੀ ਲਾਈਦੀਆਂ ਨਹੀਂ ਕੋਈ ਗੱਲ ਤੋਂ ਕਿ ਜਾਂ ਉਦਾਂ ਹੀ ਨਾ 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 ਲੜਾਈ ਕੋਈ ਨਹੀਂ ਆਪਣੀ ਅੱਛਾ ਬਸ ਦਵਕਾ ਸ਼ੇਰ ਬੰਦਾ ਫਾਰਮੂਲਾ ਹੋਰ ਵੀ ਬੜੇ ਫਾਰਮੂਲੇ ਰੱਖੇ ਆ ਜਿੱਦਾਂ ਦੀ ਕਿਸੇ ਦੀ ਸਥਿਤੀ ਹੋਵੇ ਆਪਾਂ ਫਾਰਮੂਲਾ ਦੱਸ ਦਈਦਾ ਅੱਛਾ ਮੈਂ ਕਹਿੰਦਾ ਤਾਂ ਤੁਹਾਡੀ ਬਹਿ ਜਾ ਹੁੰਦੀ ਯਾਰ ਪਾਸੇ ਤੂੰ ਹੁਣ ਇਹ ਦੱਸ ਵੀ ਮੈਨੂੰ ਕਿਹੜਾ ਫਾਰਮੂਲਾ ਚਾਹੀਦਾ ਵਾ ਜਿਹੜਾ ਤੇਰਾ ਕੇਸ ਵਾਰਾ ਉਹ ਥੋੜਾ ਗੰਭੀਰ ਵਾ ਮੈਨੂੰ ਲੱਗਦਾ ਤੈਨੂੰ ਸ਼ੇਰ ਬਣਨ ਵਾਲਾ ਫਾਰਮੂਲਾ ਚਾਹੀਦਾ ਵਾ ਅੱਛਾ ਤੇ ਜੇ ਤੂੰ ਫਾਰਮੂਲਾ ਲੈਣਾ ਨਾ ਹੁਣੇ ਦੱਸ ਤੈਨੂੰ ਮੈਂ ਸਾਰੀਆਂ ਗੱਲਾਂ ਸਮਝਾ ਦੇਣਾ ਵਾ ਉਹ ਯਾਰ ਤੂੰ ਦੇ ਦੇ ਮੈਨੂੰ ਫਾਰਮੂਲਾ ਕਰੇ ਮੇਰੇ ਵੀ ਚਾਰ ਦਿਨ ਸੌਖੇ ਲੰਘ ਜਾਣਗੇ ਯਾਰ ਹੁੰਦੇ ਕਿਉਂ ਆ ਫਾਰਮੂਲਾ ਬੜਾ ਸਿੰਪਲ ਵਾ ਇੰਨਾ ਚਿਰ ਕਿੱਥੇ ਰਿਹਾ ਯਾਰ ਮੈਂ ਮਰ ਮਰ ਕੇ ਮੈਨੂੰ ਤਾਂ ਦੱਸੀ ਨਹੀਂ ਵੀ ਤੇਰੀ ਸਥਿਤੀ ਬੜੀ ਮਾੜੀ ਮੈਨੂੰ ਤਾਂ ਲੱਗਾ ਵੀ ਬੋਲੇ ਵੜਦਾ ਹੋ ਯਾਰ ਸਾਡਾ ਤੇ ਤੂੰ ਪਤਾ ਕੀ ਕਰਨਾ ਵਾ ਤੂੰ ਕਰਨਾ ਕੁਛ ਨਹੀਂ ਘਰ ਜਾ ਕੇ ਨਾ ਅੱਛਾ ਐਦਾਂ ਛਾਤੀ ਚੌੜੀ ਕਰਕੇ ਗੱਲ ਕਰਨੀ ਜਿਹੜੀ ਕਰਨੀ ਅੱਛਾ ਐਦਾਂ ਕਰਕੇ ਗੱਜ ਕੇ ਐਦਾਂ ਮਤਲਬ ਆਹੋ ਅੱਛਾ ਤੇਰੀ ਆਵਾਜ਼ ਕਿਉਂ ਇੰਨੀ ਨੀਵੀਂ ਆ ਆਵਾਜ਼ ਜਦੋਂ ਬੋਲਣਾ ਘਰ ਦੀ ਤੋਂ ਉੱਚੀ ਆਵਾਜ਼ ਚ ਬੋਲਣਾ ਉਹਦੇ ਨਾਲ ਉੱਚੀ ਆਵਾਜ਼ ਹੋਏ ਮੇਰੀ ਉਹਦੇ ਨਾਲੋਂ ਉੱਚੀ ਆਵਾਜ਼ ਅੱਛਾ ਦੋ ਗੁਣਾ ਆਵਾਜ਼ ਉੱਚੀ ਹੋਣੀ ਚਾਹੀਦੀ ਆ ਅੱਛਾ ਮੈਨੂੰ ਤੂੰ ਇਹ ਦੱਸ ਵੀ ਜਦੋਂ ਮੈਂ ਘਰ ਜਾਣਾ ਮੈਂ ਕਰਨਾ ਕੀ ਆ ਸਾਰੀ ਗੱਲ ਕੁਛ ਨਹੀਂ ਕਰਨਾ ਤੂੰ ਕਰਨਾ ਪਤਾ ਕੀ ਆ ਹਾਂ ਘਰ ਜਾਂਦੇ ਆ ਗੇਟ ਨੂੰ ਲੱਤ ਮਾਰ ਕੇ ਨਾ ਅੱਛਾ ਲਲਕਾਰਾ ਮਾਰਨਾ ਉੱਚੀ ਜੀ ਅੱਛਾ ਪਤਾ ਲੱਗ ਜੇ ਨਾਲੇ ਘਰ ਦੋ ਹੋਰ ਅੱਗੇ ਘਰਾਂ ਨੂੰ ਪੂਰੇ ਜ਼ੋਰ ਤੇ ਬੰਦਾ ਆ ਗਿਆ ਅੱਛਾ ਦੋ ਗੱਲਾਂ ਮੇਨ ਵਾ ਹਾਂ ਇੱਕ ਤੇ ਘਰ ਦੀ ਤੋਂ ਉੱਚੀ ਆਵਾਜ਼ ਚ ਬੋਲਣਾ ਠੀਕ ਆ ਤੇ ਇੱਕ ਛਾਤੀ ਫਲਾਗ ਰੱਖਣੀ ਅੱਛਾ ਬਿਲਕੁਲ ਡਰਨ ਦੀ ਲੋੜ ਨਹੀਂ ਵੇਖੀ ਕਿੱਦਾਂ ਦਬਕਾ ਪੈਂਦਾ ਉਹਦੇ ਤੇ ਜਾਵਾਂ ਹੁਣ ਫਿਰ ਮੈਂ ਹੁਣੇ ਸਿੱਧਾ ਚੱਲ ਜਾ ਵੇਖ ਲਾ ਹੁਣ ਕੰਮ ਮੈਂ ਤੈਨੂੰ ਕਹਿਤਾ ਨਾ ਯਾਰ ਤੇ ਇੱਥੇ ਹੀ ਕੰਮ ਆਉਣਗੇ ਤੈਨੂੰ ਪਤਾ ਲੱਗ ਜੂਗਾ ਇੱਕ ਵਾਰੀ ਵੀ ਤੇਰਾ ਯਾਰ ਹੀ ਕੋਈ ਅੱਜ ਵਰਤਿਆ ਹੀ ਲਾ ਫਾਰਮੂਲਾ ਸਿੱਧਾ ਹੀ ਚੱਲ ਜਾ ਤੇ ਡਰਨਾ ਨਹੀਂ ਉਹ ਬਿਲਕੁਲ ਵੀ ਡਰੀ ਨਾ ਬਸ ਟਾਂਗਾ ਤੇਰੇ ਜਦੋਂ ਪੈਣੀਆਂ ਨਾ ਫੇਰ ਤੈਨੂੰ ਪਤਾ ਲੱਗੂਗਾ ਤੈਨੂੰ ਤਾਂ ਬਹੁਤ ਦੱਸਦੀ ਚੰਗੀ ਤਾਂ ਹੀ ਮਜ਼ਾ ਤੁਹਾਡੇ ਕੋਲ ਫਾਰਮੂਲੇ ਲੈਣ ਡਿਆ ਪਾਣੀ ਲੈ ਗਿਆ ਤੇ ਮਗਰੇ ਮਗਰ ਚਾਹ ਹੋਣੀ ਚਾਹੀਦੀ ਆ ਸ਼ੇਰ ਦਾ ਆਰਡਰ ਆ ਸ਼ੇਰ ਦਾ ਸਮਝ ਲੱਗੀ ਅੱਜ ਤੋਂ ਬਾਅਦ ਉਹ ਹੀ ਹੋਣਾ ਜੋ ਸ਼ੇਰ ਕਹੂਗਾ ਦੂਜਾ ਕੰਮ ਕੋਈ ਨਹੀਂ ਹੁੰਦਾ ਅੱਛਾ ਤੈਨੂੰ ਹੁਣ ਮੈਂ ਸ਼ੇਰ ਬਣਾਉਣੀ ਆ ਭਾਈ ਨਹੀਂ ਪਾਣੀ ਲਿਆ ਕੇ ਵੱਡਾ ਸ਼ੇਰ ਇਹਨੂੰ ਆਖ ਲੈਂਦੇ ਹੁਣ ਇਹਨੂੰ ਮੈਂ ਦੱਸਾਂਗੀ ਚੰਗਾ ਨੇ ਫਾਰਮੂਲਾ ਦਿੱਤਾ ਮੈਨੂੰ ਲੱਗਾ ਮਰਵਾ ਦੇਣਾ
ਮਨਵੀਰ ਭਜਾ ਆਣਿਆ ਲੱਗਦਾ ਫਾਰਮੂਲਾ ਵਰਤ ਲਿਆ ਭਜਾ ਜੋ ਬਣਾ ਉਹ ਗੱਲ ਸੁਣ ਜਾ ਗੱਲ ਸੁਣ ਜੀ ਉਹ ਗੱਲ ਸੁਣ ਜਾ ਗੱਲ ਮੇਰੀ ਉਹ ਮੇਰੀ ਗੱਲ ਸੁਣ ਜਾ ਯਾਰ ਕਿੱਥੇ ਭਜਾ ਜਾਣਾ ਉਹ ਕੋਈ ਗੱਲ ਵੀ ਨਹੀਂ ਯਾਰ ਗੱਪਸ਼ਾ ਮਾਰਦੇ ਆ ਬਹਿ ਕੇ ਮੈਂ ਪਤਾ ਨਹੀਂ ਭਜਾ ਆਣਿਆ ਪਤਾ ਨਹੀਂ ਉਹ ਨਹੀਂ ਆਦਾ ਯਾਰ ਉਹ ਯਾਰ ਇਹ ਗੱਲ ਬਾਤ ਕਰਦੇ ਆ ਯਾ ਯਾਰ ਉਹ ਮੈਂ ਤਾਂ ਡਰ ਗਿਆ ਯਾਰ ਮੈਂ ਪਤਾ ਨਹੀਂ ਭਜਾ ਆਣਿਆ ਘਰੋਂ ਕੀ ਗੱਲ ਹੋ ਗਈ ਯਾਰ ਉਹ ਗੱਲ ਕੀ ਉਹ ਗੱਲ ਦੱਸ ਕੇ ਗਿਆ तू जो भी किया ना बहुत गलत किया वा हूं हिसाब ता बराबर हूं आप दोवे जार जा रहा बह गप मारेगा मैं नहीं मारदा आ जा ਯਾ ਯਾਰ ਆਹ ਗੱਲ ਬੜੀ ਮਾੜੀ ਆ ਤੇਰੀ ਵੈਸੇ ਪਹਿਲਾਂ ਤਾਂ ਮੈਨੂੰ ਇੰਨਾ ਕੁੱਟਿਆ ਉੱਥੇ ਤੇ ਹੁਣ ਕਹਿੰਦਾ ਯਾਰ ਯਾਰ ਆਹ ਕਦੀ ਯਾਰੀ ਆ ਤੇਰੀ ਯਾ ਯਾਰ ਯਾਰ ਮੇਰੀ ਗੱਲ ਸੁਣ ਤੈਨੂੰ ਪਤਾ ਮੇਰੇ ਨਾਲ ਉਸ ਅੰਦਰ ਕੀ ਹੋਇਆ ਵਾ ਮਹਾ ਉੱਥੋਂ ਜਾਂ ਛਡਾ ਕੇ ਦੌੜਿਆ ਉਹਦੇ ਚੋਰਿਆ ਇੱਥੇ ਬੈਠਾ ਤੈਨੂੰ ਕੀ ਪਤਾ ਵਾ ਉਹ ਕਿਉਂ ਤੇ ਹੋਰ ਉਹਦਾ ਫਾਰਮੂਲਾ ਦਿੱਤਾ ਸੀ ਉਹ ਤੂੰ ਤੇ ਲਲਕਾਰੇ ਬੜੇ ਮਾੜਿਆ ਮੈਂ ਤਾਂ ਬੜਾ ਖੁਸ਼ ਹਾਂ ਮੈਂ ਹਾਂ ਲੈ ਅੱਜ ਤਾਂ ਯਾਰ ਅੱਡਾ ਸੌਖਾ ਹੋ ਗਿਆ ਉਹ ਤੇਰੇ ਲਲਕਾਰੇ ਨੇ ਸਾਰਾ ਸਿਆਪਾ ਪਾਇਆ ਸੀ ਕਿਉਂ ਤੇ ਹੋਰ ਨਹੀਂ ਪਰ ਮੈਂ ਤਾਂ ਯਾਰ ਤੈਨੂੰ ਫਾਰਮੂਲਾ ਦਿੱਤਾ ਸੀਗਾ ਆਹੋ ਤੂੰ ਭਰਾਵਾ ਇਹੋ ਜਿਹਾ ਫਾਰਮੂਲਾ ਆਪਣੇ ਕੋਲ ਹੀ ਰੱਖ ਨਹੀਂ ਕਿਉਂ ਫਾਰਮੂਲਾ ਚੱਲਿਆ ਨਹੀਂ ਜੇ ਫਾਰਮੂਲਾ ਚੱਲਦਾ ਨਾ ਮੇਰਾ ਗੋਡਿਆਂ ਭਾਰ ਹੋ ਗਿਆ ਹੁੰਦਾ ਮੈਂ ਭਰਾ ਉਥੋਂ ਮਹਾਂ ਜਾਂਚ ਡਾ ਕੇ ਗੋਡਿਆਂ ਭਾਰ ਉਹ ਬਾਹਰ ਨਿਕਲਿਆ ਯਾਰ ਮੈਂ ਤੈਨੂੰ ਇੱਕ ਦਿਲ ਦੀ ਗੱਲ ਦੱਸਾਂ ਮੈਂ ਨਾ ਬਣਾਇਆ ਸੀਗਾ ਨਵਾਂ ਫਾਰਮੂਲਾ ਅੱਛਾ ਤੇ ਤੂੰ ਵੀ ਉਤੋਂ ਭੋਲਾ ਨਿਕਲਣਾ ਤੈਨੂੰ ਪਤਾ ਨਹੀਂ ਭਜਣਾ ਨਹੀਂ ਕਿਤੇ ਕਾਬੂ 'ਚ ਨਹੀਂ ਆਉਂਦੀਆਂ ਇਹ ਤੇ ਕਦੀ ਭਣਿਆ ਸਮਝ ਨਹੀਂ ਕਿਤੇ ਕਾਬੂ 'ਚ ਆਈਆਂ ਤੇ ਤੂੰ ਕਾਲੀ ਫਾਰਮੂਲਾ ਲੈ ਕੇ ਚੱਲ ਗਿਆ ਯਾਰ ਤੂੰ ਚੰਗਾ ਬੰਦਾ ਵਾ ਤੂੰ ਫਾਰਮੂਲਾ ਮੈਨੂੰ ਦੇਣਾ ਸੀ ਮੈਂ ਫਾਰਮੂਲਾ ਬਣਾਇਆ ਸੀ ਆਪਣੇ ਵਾਸਤੇ ਤੇ ਮੈਂ ਸੋਚਿਆ ਪਹਿਲਾਂ ਮੈਂ ਕਹਨੂੰ ਟਰਾਈ ਕਰਨਾ ਮੈਂ ਕਿ ਵੱਖੀਆਂ ਬਣਾਵਾਂ ਆਪਣੀਆਂ ਮੈਂ ਚੱਲ ਕਿਸ ਨੂੰ ਦਵਾਂਗਾ ਤੇਰੇ ਦਿਲ 'ਚ ਵੀ ਚੱਲ ਉਹਦੀਆਂ ਵੱਖੀਆਂ ਸਿਕਾਉਣਾ ਵਾ ਹਨਾ ਤੇ ਮੈਂ ਸੋਚਿਆ ਚੱਲ ਤੇਰੇ ਤੇ ਹੀ ਵਰਤ ਲੈਨੇ ਆ ਦਾਦਾ ਨਾ ਮੈਂ ਤੈਨੂੰ ਮਿਲਣਾ ਆ ਨਹੀਂ ਨਹੀਂ ਮੈਂ ਆਇਆ ਤੈਨੂੰ ਮਿਲਣੀ ਆ ਇਹ ਨਹੀਂ ਪਤਾ ਵੀ ਮੈਨੂੰ ਮਰਵਾਉਣ ਵਾਸਤੇ ਆਇਆ ਵਾ ਨਹੀਂ ਯਾਰ ਮੈਂ ਤੈਨੂੰ ਮਿਲਣੀ ਆਇਆ ਸੀਗਾ ਚੱਲ ਇਦਾਂ ਕਰਦਾ ਮਨਵੀਰ ਸਿਆ ਮੈਂ ਚੱਲਦਾ ਵਾਂ ਤੇ ਤੂੰ ਇਦਾਂ ਕਰੀ ਹੁਣ ਫਾਰਮੂਲਾ ਨਾ ਘਰ ਵਰਤੀ ਠੀਕ ਹੈ ਨਾ ਤੇ ਮਿਲਦਾ ਗੱਲ ਤਾਂ ਰਹੂੰਗਾ ਮੈਂ ਤੈਨੂੰ ਫਿਕਰ ਨਾ ਕਰੀ ਤੂੰ ਹੈ ਉਹ ਭਰਾ ਜਦੋਂ ਮਰਜ਼ੀ ਆਣ ਕੇ ਮਿਲ ਕੇ ਲਈ ਪਰ ਮੁੜ ਕੇ ਇਹੋ ਜਿਹਾ ਫਾਰਮੂਲਾ ਨਾ ਲੈ ਨਹੀਂ 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 ਚੱਲ ਚੰਗਾ ਮੇਰਾ ਵੀਰ ਯਾਰ ਮੈਂ ਵੇਖਦਾ ਹੁਣ ਭਰਾ ਜਾਣਾ ਘਰ ਪਤਾ ਨਹੀਂ ਹੁਣ ਘਰ ਜਾਂਦਿਆਂ ਨੂੰ ਉੱਥੇ ਕੀ ਬਣਿਆ ਹੋਣਾ ਵਾ ਅਜੇ ਪਤਾ ਨਹੀਂ ਕੀ ਬਣਨਾ ਗਾੜੀ ਚਲੋ ਜੋ ਹੋਊ ਚੱਲਣੀ ਪੈਣੀ ਆ ਉਹ ਤਾਂ ਚੱਲ ਗਿਆ ਆਪਣੇ ਘਰ ਨੂੰ ਓਹੋ ਭਰਾ ਲੱਤ ਵੱਜ ਜਾਂਦੀ ਕਹਿਰ ਹੋ ਜਾਣਾ ਸੀ ਫਾਰਮੂਲਾ ਦਾ ਦਿਮਾਗ ਦੇ ਵਿੱਚ ਜਾਂਦਾ ਬਹਿ ਗਿਆ ਮਰਵਾਊਗਾ ਮੈਨੂੰ ਤੇ ਮੇਰੀ ਸੁਣ ਲਓ ਗੱਲ ਹਾਂ ਜੇ ਮੈਂ ਵਿਆਹ ਜਾਣਾ ਵਾਂ ਜਾਂ ਮੈਂ ਤੁਹਾਡੇ ਨਾਲ ਸਲਾਹ ਬਾਤ ਕਰਨ ਲਈ ਜੇ ਮੈਂ ਕਿਤੇ ਗਈ ਨਾ ਤੇ ਇਹ ਨਾ ਘਰ ਖਲਾਰਾ ਪਿਆ ਰਹੇ ਉਹ ਤੂੰ ਫਿਕਰ ਨਾ ਕਰੀ ਤੂੰ ਜਿੱਦਾਂ ਮਰਜ਼ੀ ਖੁੱਲੇ ਦਿਲ ਵਿਆਹ ਵੇਖ ਕੇ ਆਪਾਂ ਸਭ ਦਾ ਨਹੀਂ ਮੈਂ ਆਪਣਾ ਜੋਬਨ ਵੀ ਨਾ ਇੱਥੇ ਆਵੇ ਜੋਬਨ ਨੂੰ ਤਾਂ ਮੈਂ ਮੱਥੇ ਨਹੀਂ ਲੱਗਣ ਦਿੰਦਾ ਜੋਬਨ ਇੱਥੇ ਆਵੇ ਜੋਬਨ ਨੇ ਅੱਗੇ ਪੱਗਾ ਪਾਤਾ ਸੀ ਮੈਂ ਨਹੀਂ ਹੋਣ ਦੇਣਾ ਇੱਥੇ ਸਤਿ ਸ਼੍ਰੀ ਅਕਾਲ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ ਅਗਰ ਸਾਡੇ ਚੈਨਲ ਉੱਪਰ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ